ਸਾਈਬਰ ਠੱਗਾਂ ਨੇ ਲੈ ਲਈ ਸਕੂਲ ਦੀ ਮਹਿਲਾ ਟੀਚਰ ਦੀ ਜਾਨ। ਫੋਨ ਕਰਕੇ ਕਿਹਾ ਤੁਹਾਡੀ ਕੁੜੀ ਸੈਕਸ ਰੈਕਟ 'ਚ ਫੜੀ ਗਈ। ਇਹ ਸੁਣ ਕੇ ਮਾਂ ਦੇ ਪੈਰੋਂ ਹੇਠੋਂ ਨਿਕਲੀ ਜ਼ਮੀਨ। ਜੇਕਰ ਛੁਡਵਾਉਣਾ ਹੈ ਤਾਂ 1 ਲੱਖ ਰੁਪਏ ਜਲਦੀ ਕਰੋ ਸੈਂਡ। ਪੁਲਿਸ ਅਧਿਕਾਰੀ ਬਣ ਕੇ ਕੀਤੀ ਔਰਤ ਨੂੰ ਫੇਕ ਕਾਲ। ਘਬਰਾਹਟ ਕਾਰਨ ਔਰਤ ਨੂੰ ਆਇਆ ਹਾਰਟ ਅਟੈਕ। ਯਾਰ ਦੱਸ ਦਈਏ ਕਿ ਲਗਾਤਾਰ ਸਾਈਬਰ ਠੱਗੀ ਦੇ ਮਾਮਲੇ ਵੱਧਦੇ ਜਾ ਰਹੇ ਨੇ ਅਤੇ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਸਾਈਬਰ ਠੱਗਾਂ ਦੇ ਵੱਲੋਂ ਪਹਿਲਾਂ ਤਾਂ 4 ਘੰਟਿਆਂ ਤੱਕ ਇੱਕ ਮਹਿਲਾ ਟੀਚਰ ਨੂੰ ਡਿਜੀਟਲ ਅਰੈਸਟ ਕੀਤਾ ਜਾਂਦਾ ਹੈ ਅਤੇ ਫਿਰ ਉਸ ਦੇ ਵਿੱਚ ਔਰਤ ਨੂੰ ਕਿਹਾ ਜਾਂਦਾ ਹੈ ਕਿ ਉਹ ਇੱਕ ਪੁਲਿਸ ਅਧਿਕਾਰੀ ਬੋਲ ਰਿਹਾ ਅਤੇ ਜੇਕਰ ਉਸਨੇ ਜਲਦੀ ਹੀ ਆਪਣੀ ਲੜਕੀ ਨੂੰ ਛੁਡਵਾਉਣਾ ਤਾਂ 1 ਲੱਖ ਰੁਪਏ ਉਸਦੇ ਨੰਬਰ 'ਤੇ ਸੈਂਡ ਕਰ ਦੇਵੇ, ਕਿਉਂਕਿ ਉਸਦੀ ਲੜਕੀ ਜੋ ਹੈ ਉਹ ਸੈਕਸ ਰੈਕਟ ਦੇ ਦੌਰਾਨ ਪਕੜੀ ਗਈ ਹੈ ਅਤੇ ਉਸਦੀ ਇੱਕ ਵੀਡੀਓ ਵੀ ਹੈ। ਜੇਕਰ ਉਹਨਾਂ ਦੇ ਵੱਲੋਂ ਉਹਨਾਂ ਨੂੰ ਪੈਸੇ ਨਾ ਦਿੱਤੇ ਗਏ ਤਾਂ ਉਹ ਵੀਡੀਓ ਵੀ ਵਾਇਰਲ ਕਰ ਦੇਣਗੇ। ਹਾਲਾਂਕਿ ਇਹ ਸਭ ਸੁਣ ਕੇ ਔਰਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਸਨੇ ਆਪਣੇ ਬੇਟੇ ਨੂੰ ਇਸ ਸੰਬੰਧੀ ਫੋਨ ਕੀਤਾ, ਪਰ ਬੇਟੇ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹ ਸਾਈਬਰ ਠੱਗਾਂ ਦੇ ਵੱਲੋਂ ਕੀਤੀ ਗਈ ਕਾਲ ਹੈ। ਜਿਸ ਨੂੰ ਸੁਣਦੇ ਸਾਰ ਹੀ ਦੱਸਿਆ ਜਾ ਰਿਹਾ ਕਿ ਔਰਤ ਘਬਰਾ ਜਾਂਦੀ ਹੈ ਅਤੇ ਉਸਦਾ ਬੇਟਾ ਜਦੋਂ ਉੱਥੇ ਪਹੁੰਚਦਾ ਤਾਂ ਉਸਦੀ ਤਬੀਅਤ ਕਾਫੀ ਖਰਾਬ ਹੋ ਜਾਂਦੀ ਹੈ। ਮਾਂ ਨੂੰ ਉਹ ਤੁਰੰਤ ਹਸਪਤਾਲ ਦੇ ਵਿੱਚ ਲੈ ਕੇ ਜਾਂਦਾ, ਪਰ ਉੱਥੇ ਜਾ ਕੇ ਜਦੋਂ ਦੋਵਾਂ ਭੈਣਾਂ ਨੂੰ ਵੀਡੀਓ ਕਾਲ ਕਰਦਾ, ਦੋਵੇਂ ਭੈਣਾਂ ਵੀਡੀਓ ਕਾਲ 'ਤੇ ਆਉਂਦੀਆਂ ਨੇ, ਪਰ ਤਾਂ ਵੀ ਮਾਂ ਨੂੰ ਬਚਾਇਆ ਨਹੀਂ ਜਾ ਸਕਿਆ। ਹਸਪਤਾਲ ਦੇ ਵਿੱਚ ਜਾ ਕੇ ਉਸ ਔਰਤ ਦੇ ਵੱਲੋਂ ਦਮ ਤੋੜ ਦਿੱਤਾ ਗਿਆ। ਤਾਂ ਮਾਮਲਾ ਆਗਰਾ ਤੋਂ ਸਾਹਮਣੇ ਆਇਆ, ਜਿੱਥੇ ਕਿ ਸਾਈਬਰ ਠੱਗਾਂ ਨੇ ਇੱਕ ਮਹਿਲਾ ਟੀਚਰ ਦੀ ਜਾਨ ਲੈ ਲਈ ਹੈ। ਉਹਨਾਂ ਨੂੰ ਪਹਿਲਾਂ ਕਿਹਾ ਜਾਂਦਾ ਕਿ ਉਹਨਾਂ ਦੀ ਲੜਕੀ ਸੈਕਸ ਰੈਕਟ ਦੇ ਵਿੱਚ ਪਕੜੀ ਗਈ ਹੈ ਅਤੇ ਉਸਦੀ ਇੱਕ ਵੀਡੀਓ ਵੀ ਉਹਨਾਂ ਦੇ ਹੱਥ ਲੱਗੀ ਹੈ। ਜੇਕਰ ਉਹਨਾਂ ਨੂੰ ਇੱਕ ਨੰਬਰ ਦੇ ਉੱਤੇ 1 ਲੱਖ ਰੁਪਏ ਸੈਂਡ ਜਲਦੀ ਨਾ ਕੀਤੇ ਗਏ 15 ਮਿੰਟ ਦੇ ਅੰਦਰ ਅੰਦਰ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਣਗੇ। ਹਾਲਾਂਕਿ ਇਹ ਸਭ ਸੁਣ ਕੇ ਔਰਤ ਕਾਫੀ ਘਬਰਾ ਜਾਂਦੀ ਹੈ ਅਤੇ ਉਸਨੂੰ ਜਦੋਂ ਹਾਰਟ ਅਟੈਕ ਆਉਂਦਾ ਤਾਂ ਉਦੋਂ ਉਸਦੀ ਜਾਨ ਨਿਕਲ ਜਾਂਦੀ ਹੈ। ਫਿਲਹਾਲ ਪੁਲਿਸ ਦੇ ਕੋਲ ਪਰਿਵਾਰ ਵੱਲੋਂ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਈਬਰ ਠੱਗਾਂ ਨੇ ਲੈ ਲਈ ਸਕੂਲ ਦੀ ਮਹਿਲਾ ਟੀਚਰ ਦੀ ਜਾਨ। ਫੋਨ ਕਰਕੇ ਕਿਹਾ ਤੁਹਾਡੀ ਕੁੜੀ ਸੈਕਸ ਰੈਕਟ 'ਚ ਫੜੀ ਗਈ। ਇਹ ਸੁਣ ਕੇ ਮਾਂ ਦੇ ਪੈਰੋਂ ਹੇਠੋਂ ਨਿਕਲੀ ਜ਼ਮੀਨ। ਜੇਕਰ ਛੁਡਵਾਉਣਾ ਹੈ ਤਾਂ 1 ਲੱਖ ਰੁਪਏ ਜਲਦੀ ਕਰੋ ਸੈਂਡ। ਪੁਲਿਸ ਅਧਿਕਾਰੀ ਬਣ ਕੇ ਕੀਤੀ ਔਰਤ ਨੂੰ ਫੇਕ ਕਾਲ। ਘਬਰਾਹਟ ਕਾਰਨ ਔਰਤ ਨੂੰ ਆਇਆ ਹਾਰਟ ਅਟੈਕ। ਯਾਰ ਦੱਸ ਦਈਏ ਕਿ ਲਗਾਤਾਰ ਸਾਈਬਰ ਠੱਗੀ ਦੇ ਮਾਮਲੇ ਵੱਧਦੇ ਜਾ ਰਹੇ ਨੇ ਅਤੇ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਸਾਈਬਰ ਠੱਗਾਂ ਦੇ ਵੱਲੋਂ ਪਹਿਲਾਂ ਤਾਂ 4 ਘੰਟਿਆਂ ਤੱਕ ਇੱਕ ਮਹਿਲਾ ਟੀਚਰ ਨੂੰ ਡਿਜੀਟਲ ਅਰੈਸਟ ਕੀਤਾ ਜਾਂਦਾ ਅਤੇ ਫਿਰ ਉਸ ਦੇ ਵਿੱਚ ਔਰਤ ਨੂੰ ਕਿਹਾ ਜਾਂਦਾ ਹੈ ਕਿ ਉਹ ਇੱਕ ਪੁਲਿਸ ਅਧਿਕਾਰੀ ਬੋਲ ਰਿਹਾ ਅਤੇ ਜੇਕਰ ਉਸਨੇ ਜਲਦੀ ਹੀ ਆਪਣੀ ਲੜਕੀ ਨੂੰ ਛੁਡਵਾਉਣਾ ਤਾਂ 1 ਲੱਖ ਰੁਪਏ ਉਸਦੇ ਨੰਬਰ 'ਤੇ ਸੈਂਡ ਕਰ ਦੇਵੇ, ਕਿਉਂਕਿ ਉਸਦੀ ਲੜਕੀ ਜੋ ਹੈ ਉਹ ਸੈਕਸ ਰੈਕਟ ਦੇ ਦੌਰਾਨ ਪਕੜੀ ਗਈ ਹੈ ਅਤੇ ਉਸਦੀ ਇੱਕ ਵੀਡੀਓ ਵੀ ਹੈ। ਜੇਕਰ ਉਹਨਾਂ ਦੇ ਵੱਲੋਂ ਉਹਨਾਂ ਨੂੰ ਪੈਸੇ ਨਾ ਦਿੱਤੇ ਗਏ ਤਾਂ ਉਹ ਵੀਡੀਓ ਵੀ ਵਾਇਰਲ ਕਰ ਦੇਣਗੇ। ਹਾਲਾਂਕਿ ਇਹ ਸਭ ਸੁਣ ਕੇ ਔਰਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਸਨੇ ਆਪਣੇ ਬੇਟੇ ਨੂੰ ਇਸ ਸੰਬੰਧੀ ਫੋਨ ਕੀਤਾ, ਪਰ ਬੇਟੇ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹ ਸਾਈਬਰ ਠੱਗਾਂ ਦੇ ਵੱਲੋਂ ਕੀਤੀ ਗਈ ਕਾਲ ਹੈ। ਜਿਸ ਨੂੰ ਸੁਣਦੇ ਸਾਰ ਹੀ ਦੱਸਿਆ ਜਾ ਰਿਹਾ ਕਿ ਔਰਤ ਘਬਰਾ ਜਾਂਦੀ ਹੈ ਅਤੇ ਉਸਦਾ ਬੇਟਾ ਜਦੋਂ ਉੱਥੇ ਪਹੁੰਚਦਾ ਤਾਂ ਉਸਦੀ ਤਬੀਅਤ ਕਾਫੀ ਖਰਾਬ ਹੋ ਜਾਂਦੀ ਹੈ। ਮਾਂ ਨੂੰ ਉਹ ਤੁਰੰਤ ਹਸਪਤਾਲ ਦੇ ਵਿੱਚ ਲੈ ਕੇ ਜਾਂਦਾ, ਪਰ ਉੱਥੇ ਜਾ ਕੇ ਜਦੋਂ ਦੋਵਾਂ ਭੈਣਾਂ ਨੂੰ ਵੀਡੀਓ ਕਾਲ ਕਰਦਾ, ਦੋਵੇਂ ਭੈਣਾਂ ਵੀਡੀਓ ਕਾਲ 'ਤੇ ਆਉਂਦੀਆਂ ਨੇ, ਪਰ
ਤਾਂ ਵੀ ਮਾਂ ਨੂੰ ਬਚਾਇਆ ਨਹੀਂ ਜਾ ਸਕਿਆ। ਹਸਪਤਾਲ ਦੇ ਵਿੱਚ ਜਾ ਕੇ ਉਸ ਔਰਤ ਦੇ ਵੱਲੋਂ ਦਮ ਤੋੜ ਦਿੱਤਾ ਗਿਆ। ਤਾਂ ਮਾਮਲਾ ਆਗਰਾ ਤੋਂ ਸਾਹਮਣੇ ਆਇਆ ਜਿੱਥੇ ਕਿ ਸਾਈਬਰ ਠੱਗਾਂ ਨੇ ਇੱਕ ਮਹਿਲਾ ਟੀਚਰ ਦੀ ਜਾਨ ਲੈ ਲਈ ਹੈ। ਉਹਨਾਂ ਨੂੰ ਪਹਿਲਾਂ ਕਿਹਾ ਜਾਂਦਾ ਕਿ ਉਹਨਾਂ ਦੀ ਲੜਕੀ ਸੈਕਸ ਰੈਕਟ ਦੇ ਵਿੱਚ ਪਕੜੀ ਗਈ ਹੈ ਅਤੇ ਉਸਦੀ ਇੱਕ ਵੀਡੀਓ ਵੀ ਉਹਨਾਂ ਦੇ ਹੱਥ ਲੱਗੀ ਹੈ। ਜੇਕਰ ਉਹਨਾਂ ਨੂੰ ਇੱਕ ਨੰਬਰ ਦੇ ਉੱਤੇ 1,00,000 ਰੁਪਏ ਸੈਂਡ ਜਲਦੀ ਨਾ ਕੀਤੇ ਗਏ 15 ਮਿੰਟ ਦੇ ਅੰਦਰ ਅੰਦਰ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਣਗੇ। ਹਾਲਾਂਕਿ ਇਹ ਸਭ ਸੁਣ ਕੇ ਔਰਤ ਕਾਫ਼ੀ ਘਬਰਾ ਜਾਂਦੀ ਹੈ ਅਤੇ ਉਸਨੂੰ ਜਦੋਂ ਹਾਰਟ ਅਟੈਕ ਆਉਂਦਾ ਤਾਂ ਉਦੋਂ ਉਸਦੀ ਜਾਨ ਨਿਕਲ ਜਾਂਦੀ ਹੈ। ਫਿਲਹਾਲ ਪੁਲਿਸ ਦੇ ਕੋਲ ਪਰਿਵਾਰ ਵੱਲੋਂ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।